स्वागत है किसान वीरो तुहाडा यूट्यूब चैनल सदक डेयरी फार्मिंग दे विच। किसान वीरो अज मेरे आप दे पिंड तो वीडियो बनाउन लगा, पिंड नंगल, तहसील सानू कोटकपुरा पैंदी है ते जिला फरीदकोट है। अज दी वीडियो चैक के पहले सूए सून दी मज तुहानू दिखाउणी है, डिटेल बाई तो पुछ लांगे। वीडियो ने एंड तक देखियो ते जिहनू इह पसंद आजूगी मज आपदी तसल्ली करके तुसीं खरीद सकदे हो। आओ बाई नाल गल्लबात करदे हां। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਨਾਮ ਦੱਸਦੀ ਇੱਕ ਜਸਵਿੰਦਰ ਸਿੰਘ। ਠੀਕ ਹੈ ਜਸਵਿੰਦਰ, ਪਹਿਲੇ ਸੂਏ ਸੁੰਦੀ ਆ ਮੱਝ? ਹਾਂਜੀ ਪਹਿਲੇ ਸੂਏ। ਕਿੰਨੇ ਕੁ ਦਿਨ ਲੈ ਜੂਗੀ ਇਹ? 5-7 ਦਿਨ ਲਊਗੀ। 5-7 ਦਿਨ ਲਊ। ਕੀ ਰੇਟ ਰੱਖਿਆ ਦਾ? ਇਹ ਰਾ 60,000। 60,000 ਖੋਲੀ ਨੂੰ ਤੋਰੀ ਉਧਰ ਨੂੰ ਡਿਮਾਂਡ 60,000 ਆ ਦੋਸਤੋ, ਤੇ ਛੋਟੇ ਦਰਮਿਆਨੇ ਕੱਦ ਕਾਠ ਦੀ ਮੰਨਾਂਗੇ, ਅਗਲੀਆਂ ਲੱਤਾਂ ਥੋੜੀਆਂ ਜਾਂ ਵੱਧ ਛੋਟੀਆਂ। ਸਿੰਘ ਇੱਕ ਉੱਪਰੋਂ ਤੜਾਇਆ ਗਿਆ, ਦੂਜਾ ਸਿੰਘ ਜਿਹੜਾ ਤੁਸੀਂ ਦੇਖ ਸਕਦੇ ਹੋ 6 ਪੁਰਲੇ ਪਾਸੇ ਵਾਲੇ ਦੀ ਗ੍ਰੇਡਡ ਮੱਝ ਆ, ਮੱਥੇ 'ਚ ਬੱਲ ਹੈਗਾ, ਪੂਛ ਜ਼ਿਆਦਾ ਚਿੱਟੀ ਹੈ। 5-7 ਦਿਨ ਲੈ ਸਕਦੀ ਹੈ, ਗਰਮੀ ਹੈ, ਪਸ਼ੂ ਦਾ ਪਤਾ ਨਹੀਂ ਲੱਗਦਾ ਵੀ ਸੂ ਕਦੋਂ ਪਵੇ। ਪਹਿਲਾ ਸੂਆ ਇਸ ਝੋਟੀ ਨੇ ਸੂਣਾ ਦੱਸੋ। ਗੋਹਾ ਨਰਮੀ ਕਰ ਰਹੀ ਹੈ, ਹੋ ਸਕਦਾ ਕਈ ਵਾਰ ਗਰਮੀ ਕਰਕੇ ਪਸ਼ੂ ਛੇਤੀ ਸੂ ਪੈਂਦਾ। ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਜਿੱਡਾ ਕੁ ਹੈਗਾ, ਕੱਦ ਕਾਠ ਦਾ ਅੰਦਾਜ਼ਾ ਦੋਸਤੋ 22 ਦੇ ਨਾਲ ਤੁਰਦੀ ਮੱਝ ਤੋਂ ਲਾ ਲਿਓ ਜੀ। ਅੱਗੇ ਨੂੰ ਲੈ ਚੱਲ ਥੋੜ੍ਹੀ ਜਿਹੀ ਸੂਣਾ ਥਣ ਹਵਾਨਾ ਦੋਸਤੋ, ਇੱਥੋਂ ਦੇਖ ਲਓ ਜਿੰਨਾ ਕਿ ਨੇ ਬਣਾਇਆ, ਅਤੇ ਉਮੀਦ ਆ ਵੀ ਇਹ ਇੰਨਾ ਕੁ ਹਵਾਨਾ ਰੱਖੂ ਥੋੜ੍ਹਾ ਬਹੁਤ, ਜਿਹੜਾ ਇਹ 5-7 ਦਿਨਾਂ 'ਚ ਇਹਨੇ ਫਰਕ ਪਾਉਣਾ। ਬਾਕੀ ਪਹਿਲਣ ਪਸ਼ੂ ਆਮ ਤੌਰ 'ਤੇ ਮਹੀਨਾ ਲੈ ਜਾਂਦਾ ਸਹੀ ਥਣ ਹਵਾਨਾ ਜਿਹੜਾ ਪੂਰਾ ਕੱਢਣ ਦੇ ਵਿੱਚ। ਸੋ ਇਹ ਮੱਝ ਵਿਕਾਊ ਆ, ਭਾਰੀ ਫੁੱਲ ਹੈ ਪਰ ਬਾਡੀ ਵੇਟ ਜਿਹੜਾ ਪੂਰਾ, ਕੱਦ ਜਿਹੜਾ ਉਹ ਦਰਮਿਆਨਾ ਹੀ ਆ, ਬਾਹਲਾ ਵੱਡਾ ਕੱਦ ਕਾਠ ਨਹੀਂ ਹੈਗਾ। ਉਸ ਹਿਸਾਬ 'ਤੇ ਦੇਖ ਲਓ ਜੇ ਤੁਸੀਂ ਵੀਡੀਓ ਨੂੰ। ਥਣ ਦਾ ਸਹਿਜ ਬਹੁਤ ਸੋਹਣਾ ਦੱਸੋ ਝੋਟੀ ਦਾ ਜੇ ਦੇਖੀਏ ਤਾਂ। ਬਾਕੀ ਜਿਹਨੂੰ ਪਸੰਦ ਆਵੇ ਕਾਲ ਕਰ ਸਕਦੇ ਹੋ। 62,060 ਡਿਮਾਂਡ ਰੱਖੀ ਹੈ, 60,000 ਰੇਟ ਰੱਖਿਆ, ਅਤੇ ਮੌਕੇ 'ਤੇ ਕੋਸੇ ਦੇ 'ਚੋਂ ਘੱਟ ਜੂਗਾ। ਸੋ ਧੰਨਵਾਦ ਵੀਡੀਓ ਦੇਖਣ ਵਾਸਤੇ, ਜਿਹਨੂੰ ਝੋਟੀ ਪਸੰਦ ਆਵੇ ਕਾਲ ਬਾਈ ਨੂੰ ਕਰ ਸਕਦੇ।